देश विदेश वसदे समूह दर्शकों का स्वागत है जी चैनल पॉलिटिकल लाइव से। इस वक्त की जानकारी मुताबिक किसानां दी ते केंद्र सरकार की मीटिंग एक बार फिर होने जा रही है छेवें दौर की, जिहड़ी कि 15 दिसंबर हो सकती है। खेती कानूनों खिलाफ उठी लहर ने केंद्र सरकार दीआं मुश्किलां वधा दित्तीआं ने। सरकार गलबात राहीं मसले का हल नबेड़न लई काहली पई लगदी है ते इसे दे चलदी किसान आगुआं नाल लगातार संपर्क दीआं कोशिशां कीतीआं जा रहीआं ने। सूत्रां दे हवाले नाल आई खबर दे मुताबिक केंद्र कुछ किसान आगुआं दे संपर्क विच ते 15 दसंबर नूं मुड़ गलबात हो सकती है। किसान जथेबंदियां दा वी कहिणा है कि जेकर केंद्र गलबात लई सद्दा भेजदा है तां उह तैयार ने, पर ਉਹ ਕਾਨੂੰਨਾਂ ਨੂੰ ਰੱਦ ਕਰਨ ਦੇ ਮਸਲੇ ਉੱਤੇ ਹੀ ਗੱਲਬਾਤ ਕਰਨਗੇ, ਇਸ ਤੋਂ ਪਿੱਛੇ ਕਿਸਾਨ ਜਥੇਬੰਦੀਆਂ ਨਹੀਂ ਹਟਣਗੀਆਂ। ਗੱਲ ਕਰੀਏ ਟੋਲ ਪਲਾਜ਼ਿਆਂ ਦੀ, ਜਿਵੇਂ ਕਿ ਪੂਰੇ ਦੇਸ਼ ਦੇ ਵਿੱਚ ਟੋਲ ਪਲਾਜ਼ੇ ਕਿਸਾਨਾਂ ਦੁਆਰਾ ਫ੍ਰੀ ਕੀਤੇ ਗਏ ਨੇ, ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਅਤੇ ਇਸ ਦਾ ਇੱਕ ਅਨੁਮਾਨ ਲਗਾਇਆ ਜਾ ਰਿਹਾ ਕਿ ਇੱਕ ਮਹੀਨੇ ਦੇ ਵਿੱਚ 2238 ਕਰੋੜ ਰੁਪਏ ਦੀ ਵਸੂਲੀ ਹੁੰਦੀ ਹੈ। NHAI ਦੇ ਅਨੁਸਾਰ March 2020 ਤੱਕ ਦੇਸ਼ ਭਰ ਵਿੱਚ 566 ਟੋਲ ਪਲਾਜ਼ੇ ਸਨ। ਦੇਸ਼ ਭਰ ਦੇ ਹਾਈਵੇ ਦੀ ਲੰਬਾਈ 29,000 ਤੋਂ ਵੀ ਉੱਪਰ ਕਿਲੋਮੀਟਰ ਨੇ। ਸੜਕਾਂ ਦੀ ਲੰਬਾਈ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਵਧੀ ਹੈ। 2019 ਵੀ ਭਾਵ April 2019 ਤੋਂ March 2020 ਤੱਕ ਹਾਈਵੇ ਦੇ ਟੋਲ ਪਲਾਜ਼ੇ ਤੋਂ 26,851 ਕਰੋੜ ਰੁਪਏ ਦਾ ਟੈਕਸ ਵਸੂਲਿਆ ਗਿਆ। ਇਹਦਾ ਅਰਥ ਹੈ ਕਿ ਹਰ ਮਹੀਨੇ ਲਗਭਗ 2238 ਕਰੋੜ ਰੁਪਈਏ ਅਤੇ ਹਰ ਦਿਨ 73 ਕਰੋੜ ਤੋਂ ਉੱਪਰ ਰਕਮ ਜਿਹੜੀ ਟੋਲ ਪਲਾਜ਼ਿਆਂ 'ਤੇ ਵਸੂਲ ਕੀਤੀ ਜਾਂਦੀ ਹੈ। ਜੇਕਰ ਇਹ ਟੋਲ ਪਲਾਜ਼ੇ ਲੰਬਾ ਸਮਾਂ ਫਰੀ ਰਹਿੰਦੇ ਨੇ, ਮੁਫਤ ਰਹਿੰਦੇ ਨੇ ਲੋਕਾਂ ਵਾਸਤੇ, ਦੇਸ਼ਦਿਆਂ ਵਾਸਤੇ, ਤਾਂ ਸਰਕਾਰ ਨੂੰ ਇਸ ਤੋਂ ਇੱਕ ਬਹੁਤ ਹੀ ਵੱਡਾ ਘਾਟਾ ਪਵੇਗਾ। ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਅਤੇ ਕਿਸਾਨਾਂ ਦੀ ਗੱਲਬਾਤ ਲਗਾਤਾਰ ਚੱਲਦੀ ਰਹਿੰਦੀ ਹੈ, ਉੱਥੇ ਹੀ ਹੁਣ 15 ਦਸੰਬਰ ਦੀ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੁਣਾਂ ਨੇ ਜਿਹੜੀ ਸੰਬੋਧਨ ਦੇ ਦੌਰਾਨ ਗੱਲਾਂ ਕਹੀਆਂ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਰਿਹਾ। ਉਹਨਾਂ ਦਾ ਕਹਿਣਾ ਕਿ ਨਵੇਂ ਕਾਨੂੰਨ ਤੋਂ ਬਾਅਦ ਕਿਸਾਨਾਂ ਨੂੰ ਨਵੇਂ ਬਾਜ਼ਾਰ ਮਿਲੇਗਾ, ਨਵੇਂ ਵਿਕਲਪ ਉਹਨਾਂ ਨੂੰ ਮਿਲਣਗੇ, ਤਕਨੋਲੋਜੀ ਦਾ ਫਾਇਦਾ ਮਿਲ ਸਕਦਾ ਹੈ, ਦੇਸ਼ ਦਾ ਕੋਲਡ ਸਟੋਰੇ ਬੁਨਿਆਦੀ ਢਾਂਚਾ ਨਵਾਂ ਹੋਵੇਗਾ, ਇਹ ਸਾਰੇ ਖੇਤੀਬਾੜੀ ਸੈਕਟਰ ਵਿੱਚ ਵਧੇਰੇ ਪੈਸਾ ਆਵੇਗਾ। ਕੋਰੋਨਾ ਮਹਾਂਮਾਰੀ ਦੇ ਦੌਰਾਨ ਭਾਰਤ ਨੇ ਆਪਣੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਨੂੰ ਵਧੇਰੇ ਤਰਜੀਹ ਦਿੱਤੀ, ਜਿਸ ਨਾਲ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾਈ ਗਈ ਸੀ। ਅੱਜ ਦੇਸ਼ ਵੀ ਇਸ ਦਾ ਨਤੀਜਾ ਵੇਖ ਰਿਹਾ ਅਤੇ ਦੁਨੀਆ ਵੀ ਵੇਖ ਰਹੀ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਨੇ ਜਿਸ ਢੰਗ ਨਾਲ ਕੰਮ ਕੀਤਾ, ਨੀਤੀਆਂ ਬਣਾਈਆਂ ਨੇ, ਸਥਿਤੀ ਨੂੰ ਸੰਭਾਲਿਆ, ਫੈਸਲੇ ਲਏ ਨੇ, ਉਸ ਨੇ ਸਾਰੀ ਦੁਨੀਆ ਨੂੰ ਹੈਰਾਨ ਕੀਤਾ। ਪਿਛਲੇ 6 ਸਾਲਾਂ ਵਿੱਚ ਭਾਰਤ ਨੇ ਇੱਕ ਅਜਿਹੀ ਸਰਕਾਰ ਵੇਖੀ ਹੈ ਜਿਹੜੀ ਸਿਰਫ 130 ਕਰੋੜ ਦੇਸ਼ ਵਾਸੀਆਂ ਦੇ ਸੁਪਨਿਆਂ ਨੂੰ ਸਮਰਪਿਤ ਹੈ, ਜੋ ਦੇਸ਼ ਵਾਸੀਆਂ ਨੂੰ ਹਰ ਪੱਧਰ 'ਤੇ ਅੱਗੇ ਲਿਜਾਣ ਲਈ ਕੰਮ ਕਰ ਰਹੀ ਹੈ। ਵਿਸ਼ਵ ਦਾ ਭਰੋਸਾ ਜਿਹੜਾ ਕਿ ਪਿਛਲੇ 6 ਸਾਲਾਂ ਵਿੱਚ ਭਾਰਤ ਉੱਤੇ ਬਣਾਇਆ ਗਿਆ ਸੀ, ਪਿਛਲੇ ਮਹੀਨਿਆਂ ਵਿੱਚ ਹੋਰ ਮਜ਼ਬੂਤ ਹੋਇਆ। FDI ਜਾਂ FPI ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤ ਵਿੱਚ ਰਿਕਾਰਡ ਨਿਵੇਸ਼ ਕੀਤਾ ਹੈ, ਇਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੁਣਾਂ ਦਾ ਕਹਿਣਾ ਅਤੇ ਹੁਣ ਵੇਖਦੇ ਹਾਂ ਕਿ 15 ਦਸੰਬਰ ਦੀ ਮੀਟਿੰਗ ਪੱਕੀ ਹੁੰਦੀ ਹੈ, ਜੇ ਹੁੰਦੀ ਹੈ ਤਾਂ ਇਸ ਦੇ ਕੀ ਨਤੀਜੇ ਆਉਂਦੇ ਨੇ। ਕਿਸਾਨ ਉੱਥੇ ਸੜਕਾਂ 'ਤੇ ਬੈਠੇ ਨੇ, ਧਰਨੇ ਪ੍ਰਦਰਸ਼ਨ ਜਾਰੀ ਨੇ, ਵੱਡੀ ਗਿਣਤੀ ਦੇ ਵਿੱਚ ਦੇਸ਼ ਦੇ ਵਿੱਚੋਂ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ, ਕਿਸਾਨ ਇਕੱਠੇ ਹੋ ਰਹੇ ਨੇ, ਮੁਸੀਬਤਾਂ ਸਰਕਾਰ ਦੀਆਂ ਵੱਧ ਰਹੀਆਂ ਨੇ ਅਤੇ ਕਿਸਾਨ ਇੱਕਜੁੱਟ ਹੁੰਦੀ ਕੜੀ ਅੱਗੇ ਦੀ ਅੱਗੇ ਵੱਧਦੀ ਜਾ ਰਹੀ ਹੈ ਅਤੇ ਦੇਸ਼ ਦੇ ਕਿਸਾਨ ਇਕੱਠੇ ਹੋਏ ਹੁਣ ਅੱਗੇ ਆਉਣ ਵਾਲਾ ਆਪਣਾ ਭਵਿੱਖ ਜਿਹੜਾ ਕਿਸ ਤਰ੍ਹਾਂ ਸੰਵਾਰਦੇ ਨੇ, ਕੀ ਰੰਗ ਆਉਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ। ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।